ਮੋਗਾ ਦੀਆਂ ਲੜਕੀਆਂ ਨੇ ਖੂਨ ਨਾਲ ਪੱਤਰ ਲਿਖ ਕੇ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਦੀ ਰਾਸ਼ਟਰਪਤੀ ਤੋਂ ਮੰਗੀ ਇਜਾਜ਼ਤ। ਰਸਤੇ ਵਿੱਚ ਜ਼ਲੀਲ ਕਰਨ ਅਤੇ ਸਿਰ ਤੋਂ ਚੁੰਨੀਆਂ ਖਿੱਚ ਕੇ ਵੀਡੀਓ ਬਣਾਉਣ ਦੇ ਲਾਏ ਦੋਸ਼। ਦੋਨਾਂ ਲੜਕੀਆਂ 'ਤੇ ਕਬੂਤਰਬਾਜ਼ੀ ਦੇ 2 ਕੇਸ ਹਨ ਦਰਜ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। DSP ਮੋਗਾ। ਮੋਗਾ ਸ਼ਹਿਰ ਦੀਆਂ 2 ਲੜਕੀਆਂ ਨਿਸ਼ਾ ਅਤੇ ਅਮਨ ਜੋ ਕਬੂਤਰਬਾਜ਼ੀ ਦੇ ਕੇਸਾਂ ਵਿੱਚ ਘਿਰੀਆਂ ਸਨ, ਉਹਨਾਂ ਵੱਲੋਂ ਆਪਣੇ ਖੂਨ ਨਾਲ ਪੱਤਰ ਲਿਖ ਕੇ ਰਾਸ਼ਟਰਪਤੀ ਤੋਂ ਪਰਿਵਾਰ ਸਮੇਤ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਇਜਾਜ਼ਤ ਮੰਗੀ ਗਈ ਹੈ, ਜਿਸ ਦੀ ਜਿੱਥੇ ਹਲਕੇ ਵਿੱਚ ਬਹੁਤ ਚਰਚਾ ਹੋ ਰਹੀ ਹੈ, ਉੱਥੇ ਹੀ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਬਣੀ ਹੋਈ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਨਿਸ਼ਾ ਅਤੇ ਅਮਨ ਨੇ ਦੋਸ਼ ਲਾਏ ਹਨ ਕਿ ਉਹਨਾਂ ਨੂੰ ਸ਼ਿਕਾਇਤਕਰਤਾ ਵੱਲੋਂ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਗਲੀ ਵਿੱਚ ਨਸ਼ੇੜੀਆਂ ਨੂੰ ਭੇਜ ਕੇ ਧਮਕੀਆਂ ਮਿਲ ਰਹੀਆਂ ਹਨ। ਮੇਰੇ ਭਰਾ ਨੂੰ 2 ਵਾਰ ਪੁਲ ਤੋਂ ਸੁੱਟਿਆ ਗਿਆ, ਜਿਸ ਨੂੰ ਅਸੀਂ ਪਾਸੇ ਕੀਤਾ। ਸਾਡਾ ਪਰਿਵਾਰ ਖੇਰੂ ਖੇਰੂ ਹੋ ਗਿਆ ਅਤੇ ਅਸੀਂ ਕਦੇ ਸੜਕਾਂ ਕਦੇ ਗੁਰਦੁਆਰਿਆਂ ਵਿੱਚ ਰਾਤਾਂ ਬਤੀਤ ਕਰਨ ਦੇ ਲਈ ਮਜਬੂਰ ਹਾਂ। ਉਹਨਾਂ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਉਹ ਘਰ ਆਈਆਂ ਹਨ। ਰਸਤਿਆਂ ਵਿੱਚ ਉਹਨਾਂ ਦੀਆਂ ਸਿਰ ਤੋਂ ਚੁੰਨੀਆਂ ਲਾਈਆਂ ਜਾ ਰਹੀਆਂ ਹਨ, ਵੀਡੀਓ ਬਣਾਈ ਜਾ ਰਹੀ ਹੈ, ਗਲਤ ਅਸ਼ਲੀਲ ਕਮੈਂਟ ਕਰਕੇ ਜਿਉਣਾ ਦੁੱਬਰ ਹੋ ਗਿਆ ਹੈ। ਉਹਨਾਂ ਦੋਸ਼ ਲਾਏ ਹਨ ਕਿ ਵਾਰ ਵਾਰ ਸ਼ਿਕਾਇਤ ਕਰਨ 'ਤੇ ਵੀ ਪ੍ਰਸ਼ਾਸਨ ਉਹਨਾਂ ਦੀ ਨਹੀਂ ਸੁਣ ਰਿਹਾ। ਉਹਨਾਂ ਕਿਹਾ ਹੈ ਕਿ ਜਾਂ ਤਾਂ ਸਾਨੂੰ ਇਨਸਾਫ ਦਿੱਤਾ ਜਾਵੇ ਜਾਂ ਫਿਰ ਪਰਿਵਾਰ ਸਮੇਤ ਮੌਤ ਨੂੰ ਗਲੇ ਲਗਾਉਣ ਦੀ ਆਗਿਆ ਦਿੱਤੀ ਜਾਵੇ। ਇਸ ਸੰਬੰਧੀ DSP ਕੁਲਜਿੰਦਰ ਸਿੰਘ ਮੋਗਾ ਦਾ ਕਹਿਣਾ ਸੀ ਕਿ ਇਹਨਾਂ ਲੜਕੀਆਂ 'ਤੇ 2 ਮੁਕੱਦਮੇ ਦਰਜ ਹਨ, ਜਿਸ ਵਿੱਚ 1 5 ਲੱਖ ਜਦ ਕਿ ਦੂਜੇ ਮੁਕੱਦਮੇ ਵਿੱਚ 1,20,000 ਰੁਪਏ ਦੀ ਠੱਗੀ ਮਾਰਨ ਦੇ ਸ਼ਿਕਾਇਤਕਰਤਾ ਨੇ ਦੋਸ਼ ਲਾਏ ਹਨ ਅਤੇ ਇਹਨਾਂ ਲੜਕੀਆਂ ਦਾ ਕਹਿਣਾ ਹੈ ਕਿ ਇਹ ਫਾਈਨੈਂਸ ਦਾ ਕੰਮ ਕਰਦੀਆਂ ਸਨ। ਵਿਆਜ ਦਾ ਲੈਣ ਦੇਣ ਅਤੇ ਮਾਨਯੋਗ DGP ਪੰਜਾਬ ਨੇ ਜੋ ਤਫਤੀਸ਼ ਦੀ ਮੰਗ ਕੀਤੀ ਸੀ, ਉਸ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਸੱਚ ਸਾਹਮਣੇ ਲਿਆਂਦਾ ਜਾਵੇਗਾ। ਮੇਰਾ ਨਾਮ ਨਿਸ਼ਾ ਹੈ। ਨਿਸ਼ਾ, ਕੀ ਗੱਲ ਹੋਈ ਸੀਗੀ ਸਾਰੀ? ਤੁਸੀਂ ਅੱਜ ਇੱਕ ਲੈਟਰ ਲਿਖਿਆ ਰਾਸ਼ਟਰਪਤੀ ਨੂੰ, ਕੀ ਗੱਲ ਹੋਈ ਸੀਗੀ ਸਾਰੀ? ਹਾਂਜੀ ਸਰ, ਮਤਲਬ ਮੈਂ ਨਾ ਸਕੂਲ ਦੇ ਵਿੱਚ ਪੜ੍ਹਾਉਂਦੀ ਸੀ, ਦੇਸਮਾ ਮਾਡਲ ਸਕੂਲ ਦੇ ਵਿੱਚ, ਅਤੇ ਰਸਤੇ ਵਿੱਚ ਸੁਨੀਲ ਕੁਮਾਰ ਸੂਦ ਬੰਦੇ ਦੀ ਦੁਕਾਨ ਆਉਂਦੀ ਹੈ ਮੋਬਾਈਲ ਦੀ, ਅਤੇ ਇਹਦੇ ਕੋਲੋਂ ਮੈਂ 2 ਵਾਰੀ ਰੀਚਾਰਜ ਕਰਵਾਇਆ ਸੀ, ਅਤੇ ਰੀਚਾਰਜ ਕਰਵਾਉਣ ਤੋਂ ਬਾਅਦ ਇਹਨੇ ਦੱਸਿਆ ਕਿ ਤੁਹਾਡੇ ਫੋਨ 'ਚ ਕੋਈ ਪ੍ਰੋਬਲਮ ਹੈ ਜਿਹਦਾ ਖਰਚਾ ਕਿ 2,250 ਹੈਗਾ ਵੈ, ਅਤੇ ਮੈਂ ਕਿਹਾ ਵੀਰੇ ਮੈਨੂੰ ਤਾਂ ਸੈਲਰੀ ਅਜੇ ਮਿਲਣੀ ਨਹੀਂ, ਮੈਂ ਬਾਅਦ 'ਚ ਕਰਵਾ ਲੂੰਗੀ। ਕਹਿੰਦਾ ਤੁਹਾਨੂੰ ਕਿੰਨੀ ਕੁ ਸੈਲਰੀ ਮਿਲਦੀ ਹੈ? ਮੈਂ ਕਿਹਾ 2,500 ਰੁਪਇਆ ਹੀ ਮਿਲਦੀ ਹੈ। ਕਹਿੰਦਾ ਮੇਰੀ ਵਾਈਫ ਨਾ ਮਤਲਬ ਆਪਣਾ ਪੜ੍ਹਾਉਂਦੀ ਹੈ ਸਕੂਲ ਦੇ ਵਿੱਚ, ਪੜ੍ਹਾਉਂਦੀ ਹੈ ਚੰਨੂ ਵਾਲੇ ਮਾਡਲ ਸਕੂਲ 'ਚ, ਅਤੇ ਮੈਂ ਤੁਹਾਨੂੰ ਉੱਥੇ ਲਗਵਾ ਦਿੰਦਾ ਵਾ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਚਲੋ ਤੁਸੀਂ ਪੁੱਛ ਲਿਓ ਕੋਈ ਗੱਲ ਨਹੀਂ। 2-4 ਦਿਨ ਬਾਅਦ ਨਾ ਇਹਨਾਂ ਨੇ ਮੈਨੂੰ ਆਵਾਜ਼ ਮਾਰ ਕੇ ਦੁਕਾਨ 'ਤੇ ਬੁਲਾਇਆ, ਕਹਿੰਦੇ ਕਿ ਮਤਲਬ ਉਹ ਨਹਿਰੂ ਪਾਰਕ ਦੇ ਕੋਲ ਸ਼ਿਵਾਲਿਕ ਸਕੂਲ ਆ, ਤੁਸੀਂ ਉੱਥੇ ਜੋਬ ਕਰ ਲਓ, ਉੱਥੇ ਸੈਲਰੀ ਅੱਛੀ ਮਿਲਦੀ ਆ। ਮੈਂ ਉੱਥੇ ਇੰਟਰਵਿਊ ਦਿੱਤਾ ਸੀਗਾ, ਅਤੇ ਉੱਥੇ ਮੈਨੂੰ 5,000 ਰੁਪਇਆ ਸੈਲਰੀ ਮਿਲਣੀ ਸ਼ੁਰੂ ਹੋ ਗਈ। ਉਹਨਾਂ ਨੇ ਮੈਨੂੰ ਸਕੂਲ ਵਾਲਿਆਂ ਨੇ ਪੜ੍ਹਾਇਆ ਵੀ, ਮੇਰੀ ਆਈਲੈਟਸ ਵੀ ਕਰਾਈ, ਮੇਰੀ ਬਹੁਤ ਮਦਦ ਕੀਤੀ ਸ਼ਿਵਾਲਿਕ ਸਕੂਲ ਵਾਲਿਆਂ ਨੇ। ਇਸ ਤਰ੍ਹਾਂ ਕੀ ਹੋਇਆ ਕਿ ਬਾਅਦ ਵਿੱਚ ਮੈਂ ਆਈਲੈਟਸ ਦੀ ਕਲਾਸਾਂ ਲਾਉਂਦੀ ਸੀ, ਮੇਰੇ ਕੋਲ ਟਾਈਮ ਨਹੀਂ ਹੁੰਦਾ ਸੀ, ਅਤੇ ਮੈਂ ਸਕੂਲ ਜਾਣਾ ਮੁਸ਼ਕਿਲ ਹੋ ਜਾਂਦਾ ਸੀ। ਮੈਂ ਸਰ ਵੀਰੇ ਨੂੰ ਕਿਹਾ, ਮੈਂ ਕਿਹਾ ਵੀਰੇ ਤੁਸੀਂ ਮਤਲਬ ਕਹਿ ਕੇ ਤਾਂ ਮੈਨੂੰ 2 ਘੰਟੇ ਲਵਾ ਦਿਆ ਕਰੋ ਸਕੂਲ ਵਿੱਚ, ਚਲੋ ਮੈਨੂੰ ਉਹਦੀ ਤਨਖਾਹ ਹੀ ਮਿਲੀ ਜਾਵੇ। ਅਤੇ ਵੀਰੇ ਨੇ ਮੈਨੂੰ ਕਹਿਤਾ, ਕਹਿੰਦੇ ਆ ਮੁੰਡਾ ਤੇਰੇ ਨਾਲ ਕੌਣ ਹੁੰਦਾ ਹੈ? ਮੇਰੀ ਸਹੇਲੀ ਅਮਨ ਹੈ, ਅਤੇ ਕਹਿੰਦੇ ਵੀ ਮੁੰਡਾ ਕੌਣ ਹੁੰਦਾ ਤੇਰੇ ਨਾਲ? ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਮੁੰਡਾ ਨਹੀਂ ਇਹ ਕੁੜੀ ਹੈ, ਇਹਦਾ ਨਾਮ ਅਮਨ ਹੈ, ਅਤੇ ਮੇਰੇ ਨਾਲ ਹੀ ਪੜ੍ਹੀ 8ਵੀਂ ਕਲਾਸ ਤੋਂ ਲੈ ਕੇ ਤਾਂ ਅੱਜ ਤੱਕ ਮੇਰੇ ਨਾਲ ਹੀ ਰਹਿੰਦੀ ਆਉਂਦੀ ਪਈ ਆ। ਕਹਿੰਦੇ ਵੀ ਇਹਦੇ ਨਾਲ ਮਤਲਬ ਤੁਸੀਂ ਦੋਨੋਂ ਜਣੇ ਰਲ ਕੇ ਵਿਆਜ ਅਤੇ ਫਾਈਨਾਂਸ ਦਾ ਕੰਮ ਕਰ ਲਓ, ਤੁਸੀਂ ਲੋਕਾਂ ਕੋਲੋਂ 2-2% 'ਤੇ ਪੈਸੇ ਲਵੋ, ਮੈਂ ਤੁਹਾਡੇ ਪੈਸੇ ਗਾਂ ਵਿਆਜ 'ਤੇ ਚੜਾਊਂਗਾ, ਤੁਹਾਨੂੰ ਚੰਗੀ ਵਿਆਜ ਦਊਂਗਾ, ਤੁਹਾਡੇ ਖਰਚੇ ਘਰ ਚਲਾਊਂਗਾ, ਤੁਹਾਡੀ ਪੜ੍ਹਾਈ ਪੂਰੀ ਕਰਵਾਊਂਗਾ। ਮੈਂ ਅਤੇ ਮੇਰੀ ਫਰੈਂਡ ਨਿਸ਼ਾ ਕੰਮ ਕਰਦੇ ਸੀ ਫਾਈਨੈਂਸ ਦਾ, ਅਤੇ ਇਸ ਰਿਗਾਰਡਿੰਗ ਉਹ ਬੰਦਾ ਕਿਸਾਨਾ ਸੁਨੀਲ ਸੂਦ ਕੰਮ ਕਰਦਾ ਸੀ, ਉਹ ਸਾਡੇ ਉਹਦੀ ਸੁਜੈਸ਼ਨ ਸੀ ਵੀ ਤੁਸੀਂ ਇਹ ਕੰਮ ਕਰੋ, ਵੀ ਮੈਂ ਤੁਹਾਨੂੰ ਦਊਂਗਾ ਸਹਾਰਾ। ਉਹਦੇ ਕਹੇ 'ਤੇ ਕੰਮ ਕਰ ਲਿਆ, ਵੀ ਸਾ ਉਮਰ ਵੀ ਛੋਟੀ ਸੀ, ਨਹੀਂ ਇੰਨੀ ਸਮਝ ਰਹੀ, ਅਤੇ ਕੰਮ ਵੀ ਕਰ ਲਿਆ ਸੀ, ਅਤੇ ਉਹੀ ਬੰਦਾ ਸਾਡੇ ਪੈਸੇ ਲੈ ਕੇ ਵੀ ਮੁੱਕਰ ਗਿਆ। ਹੁਣ ਜਦੋਂ ਪੈਸੇ ਮੰਗਦੇ ਹਾਂ ਤਾਂ ਮੈਂਟਲੀ ਹਰਾਸਮੈਂਟ ਕਰਦਾ ਉਹ ਸਾਨੂੰ, ਅਤੇ ਜਦੋਂ ਵੀ ਉਹ ਤੋਂ ਪੈਸੇ ਮੰਗਦੇ ਹਾਂ ਅਤੇ ਆਪਦੇ 3-4 ਦੋਸਤ ਆ ਉਹਦੇ ਨਸ਼ੇੜੀ ਆ, ਕੌਣ ਆ ਅਸੀਂ ਜਾਣਦੇ ਵੀ ਨਹੀਂ, ਉਹਨਾਂ ਦੇ ਥਰੂ 'ਤੇ ਸਾਨੂੰ ਸਾਡੇ 'ਤੇ ਪਰਚੇ ਪਾਏ ਹੋਏ ਆ, ਮੇਰੀ ਫਰੈਂਡ 'ਤੇ ਪਰਚਾ ਪਾਇਆ ਹੋਇਆ,
ਮੇਰੇ 'ਤੇ ਇੱਕ ਪਰਚਾ ਪਿਆ ਪਿਆ ਵਾ, ਮੇਰੇ 'ਤੇ ਜ਼ਮਾਨਤ ਹੋ ਚੁੱਕੀ ਹੈ, ਪਰ ਮੇਰੇ ਫਰੈਂਡ ਦੀ ਜ਼ਮਾਨਤ ਨਹੀਂ ਹੋਈ। ਉਹਨਾਂ ਨੇ ਝੂਠਾ ਪਰਚਾ ਪਾਇਆ ਕਿ ਟਰੈਵਲ ਏਜੰਟ ਦਾ ਕੰਮ ਕਰਦੀ ਆ। ਤੁਸੀਂ ਕਿਤੋਂ ਵੀ ਪਤਾ ਕਰਵਾ ਸਕਦੇ ਹੋ, ਅਸੀਂ ਸਰ ਜਸਟ ਫਾਈਨੈਂਸ ਦਾ ਕੰਮ ਕਰਦੇ ਹਾਂ, ਜਿਹਦਾ ਸਾਡੇ ਕੋਲ GST ਨੰਬਰ ਵੀ ਹੈਗਾ, ਹਾਲੇ ਲਾਇਸੈਂਸ ਅਸੀਂ ਅਪਲਾਈ ਕਰਨਾ ਸੀ, ਜਿਹਦੇ ਜਿਸ ਤੋਂ ਪਹਿਲਾਂ ਹੀ ਸਾਡਾ ਇਹ ਕਾਂਡ ਹੋ ਗਿਆ ਸਾਡੇ ਨਾਲ, ਪਰ ਸਾਡੇ ਕੋਲ ਉਹਦਾ GST ਨੰਬਰ ਹੋ ਗਿਆ। ਤੁਸੀਂ ਜਿੱਥੋਂ ਮਰਜ਼ੀ ਪਤਾ ਕਰਾ ਸਕਦੇ ਹੋ। ਇਹਨਾਂ ਨੇ ਮੇਰੇ ਫਰੈਂਡ 'ਤੇ ਇਹ ਲਾਇਆ ਕਿ ਵੀ ਇਹਨਾਂ ਨੇ 3-4 ਮੁੰਡੇ ਬਾਹਰ ਭੇਜਿਆ ਜਰਮਨ ਜਾਣ ਲਈ, ਸੁਨੀਲ ਸੂਦ ਦੀ ਦੁਕਾਨ 'ਤੇ 8 ਲੱਖ ਰੁਪਇਆ ਦਿੱਤਾ ਇਹਨਾਂ ਨੇ ਮੇਰੀ ਫਰੈਂਡ ਨੂੰ ਨੀਸ਼ਾ ਨੂੰ। ਪਰ ਕੋਈ ਪੁੱਛਣ ਵਾਲਾ ਹੋਵੇ ਵੀ ਜੋ ਕੰਮ ਉਹ ਮੁੰਡੇ ਨੇ ਦੀਪੂ ਨੇ ਕੀਤਾ ਸਾਰਾ ਕੁਛ ਸੁਨੀਲ ਸੂਦ ਦੀ ਦੁਕਾਨ 'ਤੇ ਹੀ ਕਿਵੇਂ ਹੋ ਗਿਆ ਉਹ ਕੰਮ? ਸੁਨੀਲ, ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ? ਅਸੀਂ ਇਹ ਗੱਲ ਕਹਿੰਦੇ ਹਾਂ ਕਿ ਵੀ ਜੋ ਵੀ ਪਰਚਾ ਮੇਰੇ ਫਰੈਂਡ 'ਤੇ ਪਿਆ ਵਾ ਉਹ ਝੂਠਾ ਵਾ, ਵੀ ਤੁਸੀਂ ਜਿੱਥੋਂ ਮਰਜ਼ੀ ਇਨਕੁਆਇਰੀ ਲਗਾ ਕੇ ਪਤਾ ਕਰਾ ਸਕਦੇ ਹੋ। ਜੇ ਅਸੀਂ ਸੱਚ ਝੂਠੇ ਹਾਂ ਨਾ, ਤਾਂ ਸਾਡੇ 'ਤੇ 2 ਪਰਚੇ ਹੋਰ ਪੈਣ, ਪਰ ਜੇ ਉਹ ਤੁਸੀਂ ਇਨਕੁਆਇਰੀ ਲਓ ਕਿ ਵੀ ਅਸੀਂ ਸੱਚ ਬੋਲਦੇ ਕਿ ਝੂਠ, ਅਸੀਂ ਜਸਟ ਫਾਈਨੈਂਸ ਦਾ ਕੰਮ ਕਰਦੇ ਹਾਂ, ਅਸੀਂ ਕੋਈ ਟਰੈਵਲ ਏਜੰਟ ਦਾ ਕੰਮ ਨਹੀਂ ਕਰਦੇ, ਵੀ ਜਦੋਂ ਜਿੱਥੋਂ ਅਸੀਂ ਰਾਸਤੇ 'ਚੋਂ ਲੰਘਦੇ ਹਾਂ ਇਹ ਤਾਂ ਇਹਦੇ ਦੋਸਤ ਤੰਗ ਕਰਦੇ, ਪਰੇਸ਼ਾਨ ਕਰਦੇ ਆ, ਤੁਰਦੇ ਜਾਂਦੇ ਦੀ ਵੀਡੀਓ ਬਣਾ ਲੈਂਦੇ ਆ, ਨਿਸ਼ਾ ਦੇ ਬ੍ਰਦਰ ਨੂੰ 1-2 ਵਾਰੀ ਚੱਕ ਕੇ ਲੈ ਗਿਆ, ਕਦੇ ਪੁਲ 'ਤੇ ਸੈੱਟ ਜਾਂਦੇ ਆ, ਫੋਨ ਉਹਦਾ ਕਿੱਥੇ ਸੈੱਟ ਜਾਂਦੇ ਉਹਦਾ, ਅਤੇ ਇਸ ਤਰ੍ਹਾਂ ਉਹਨੂੰ ਮੈਂਟਲੀ ਹਰਾਸਮੈਂਟ ਬਹੁਤ ਜ਼ਿਆਦਾ ਕਰ ਰਹੇ ਆ। ਉਹ ਬਿਲਕੁਲ ਠੀਕ ਵੀ ਨਹੀਂ ਗੀ, ਉਹ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਜਾ ਚੁੱਕੀ ਹੈ ਇਸ ਗੱਲ ਕਰਕੇ। ਅਸੀਂ ਸਭ ਤੋਂ ਮਦਦ ਮੰਗੀ ਆ ਪੁਲਿਸ ਤੋਂ ਵੀ, ਅਸੀਂ ਇੱਥੋਂ ਤੱਕ ਕਿ ਹੈੱਡਕੁਆਟਰ ਤੱਕ ਵੀ, DGI ਸਰ ਕੋਲ ਵੀ, SSP ਸਰ ਮੋਗਾ ਸਭ ਕੋਲ ਅਸੀਂ ਦਰਖਾਸਤ ਦੇ ਚੁੱਕੇ ਹਾਂ, ਕਿਤੇ ਕੋਈ ਸੁਣਵਾਈ ਨਹੀਂ ਗੀ ਸਾਡੀ। ਇੱਕ ਮਾਮਲਾ ਆਇਆ ਸਾਹਮਣੇ ਵੀ ਲੜਕੀਆਂ ਵੱਲੋਂ ਕੋਈ ਠੱਗੀ ਮਾਰੀ ਗਈ ਹੈ ਜਾਂ ਕੀ ਆ ਸਰ, ਕੀ ਆ ਪੂਰਾ ਮਾਮਲਾ? ਇਹਨਾਂ ਲੜਕੀਆਂ ਦੇ ਖਿਲਾਫ਼, ਨਿਸ਼ਾ ਅਤੇ ਕਮਨਜੋਤ ਕੌਰ, ਜਿਨ੍ਹਾਂ ਦੇ ਖਿਲਾਫ਼ 2 ਮੁਕੱਦਮੇ ਦਰਜ ਹੋਏ ਨੇ ਅਲੱਗ ਅਲੱਗ, ਵੀ ਇਹਨਾਂ ਨੇ ਇੱਕ ਨੇ ਏਜੰਟੀ ਦੇ ਤੌਰ 'ਤੇ ਪੈਸੇ ਲੈ ਕੇ ਠੱਗੀ ਮਾਰੀ ਹੈ, ਅਤੇ ਦੂਜੀ ਲੜਕੀ ਦਾ ਵੀ ਉਹਨਾਂ ਨੇ ਮੋਟਰਸਾਈਕਲ ਦਾ ਜਿਹੜਾ ਲੋਨ ਰਹਿੰਦਾ ਸੀ ਮੋਟਰਸਾਈਕਲ ਵੇਚਤਾ ਬਿਨਾਂ ਲੋਨ ਦੇ ਹੁੰਦਿਆਂ ਹੋਇਆ, ਉਹਦੇ ਸੰਬੰਧ ਵਿੱਚ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ। ਲੜਕੀਆਂ ਵੱਲੋਂ ਇੱਕ ਕੰਪਲੇਂਟ ਆਈ ਹੈ ਵੀ ਅਸੀਂ ਨਾ ਤਾਂ ਕੋਈ ਏਜੰਟੀ ਦਾ ਕੰਮ ਕਰਦੀਆਂ ਔਰ ਅਸੀਂ ਤਾਂ ਫਾਈਨਾਂਸ ਦਾ ਕੰਮ ਕਰਦੀਆਂ ਸੀ, ਅਤੇ ਫਾਈਨਾਂਸ 'ਤੇ ਅਸੀਂ ਲੋਕਾਂ ਨੂੰ ਪੈਸੇ ਦਿੱਤੇ ਆ ਅਤੇ ਉਹਨਾਂ ਦੀ ਵਿਆਜ ਦੇ ਹਿਸਾਬ ਨਾਲ ਅਸੀਂ ਸਾਡਾ ਲੈਣ ਦੇਣ ਚੱਲਦਾ ਸੀ, ਅਸੀਂ ਕੋਈ ਏਜੰਟ ਦਾ ਇਹੋ ਜਿਹਾ ਕੰਮ ਨਹੀਂ ਕਰਦੇ, ਜਿਹਦੇ ਨਾਲ ਜਿਹਦੇ ਕਰਕੇ ਅਸੀਂ ਉਹ ਮੈਟਰ ਦੀ ਇਨਕੁਆਇਰੀ ਕਰ ਰਹੇ ਹਾਂ, ਅਜੇ ਜੋ ਅਸਲੀਅਤ ਸਾਹਮਣੇ ਆਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ। ਕੋਈ DGP ਸਾਹਿਬ ਵੱਲੋਂ ਕੋਈ ਇਨਕੁਆਇਰੀ ਮਾਰਕ ਉਹਨਾਂ ਨੇ DGP ਸਾਹਿਬ ਨੂੰ ਮਿਲੇ ਸੀ ਇਸ ਸੰਬੰਧ 'ਚ? ਹਾਂਜੀ, ਉਹਨਾਂ ਨੇ DGP ਸਾਹਿਬ ਤੋਂ ਮਿਲ ਕੇ ਇਨਕੁਆਇਰੀ ਮਾਰਕ ਕਰਵਾਈ ਹੈ ਇਹਨਾਂ ਮੁਕੱਦਮਿਆਂ ਦੇ ਸੰਬੰਧ ਦੇ ਵਿੱਚ, ਅਸੀਂ ਉਹ ਮੁਕੱਦਮੇ ਜਿਹੜੇ ਦਰਜ ਹੋਏ ਉਹਨਾਂ ਦੀ ਇਨਕੁਆਇਰੀ ਕਰ ਰਹੇ ਹਾਂ। ਕਿੰਨੇ ਮੁਕੱਦਮੇ ਦਰਜ ਆ ਦੋਨਾਂ ਕੁੜੀਆਂ 'ਤੇ ਜੀ? ਇਹ 2 ਮੁਕੱਦਮੇ ਦਰਜ ਹੋਏ ਨੇ CT2 ਦੇ ਵਿੱਚ ਅਲੱਗ ਅਲੱਗ। ਕਿੰਨੇ ਪੈਸੇ ਟੋਟਲ, ਕਿੰਨੇ ਅਮਾਊਂਟ ਆ ਜਿਹੜੀ ਦੱਸ ਰਹੇ? ਮੁਕੱਦਮੇ ਦੇ ਵਿੱਚ 5 ਲੱਖ ਰੁਪਈਆ ਕਹਿ ਰਹੇ ਨੇ ਮਦਈ ਜਿਹੜੇ ਨੇ ਮੁਕੱਦਮਾ ਜਿਹਨਾਂ ਨੇ ਦਰਜ ਕਰਾਇਆ। ਦੂਜੇ ਮੁਕੱਦਮੇ ਦੇ ਵਿੱਚ 1,20,000 ਰੁਪਏ ਦੀ ਗੱਲ ਕਰ ਰਹੇ।